ਪਹਿਲ ਸੀਟੀ ਉੱਤੇ ਜੇ ਇੱਥੇ ਡਰਾਮੇ ਲਾ ਦੇਣ ਚੌਕ ਵਿੱਚ ਇਹਦੇ ਨਾਲ ਸਵੇਰੇ ਇੱਕ ਸਟੰਟ ਹੋਇਆ ਵਹਿੰਦੇ ਹੋ ਪੇ ਮੈਨੂੰ ਲੱਗਦਾ ਤੁਹਾਡਾ ਨਹੀਂ ਦਿਲ ਸਾਡਾ ਅਸਲਾਮ ਅਲੈਕਮ ਜੀ ਕੀ ਗੱਲ ਹੈ ਸਾਰਿਆਂ ਭਰਾਵਾਂ ਦਾ ਅਤੇ ਵਿਊਵਰਾਂ ਦਾ ਠੀਕ ਹੋ ਸਬਸਕ੍ਰਾਈਬ ਨਾ ਕਰਦੇ ਤਾਂ ਵੱਖਰੀ ਗੱਲ ਨੇ ਬਹਰ ਮੈਂ ਧਿਆਨ ਪੁੱਛਣਾ ਹੈ ਨਾ ਬਾਕੀ ਅੱਜ ਦਾ ਵਲੌਗ ਸ਼ੁਰੂ ਕਰਨੇ ਆ ਅਤੇ ਨਾਲ ਨਾਲ ਰਹਿਣਾ ਅਤੇ ਵੀਡੀਓ ਸਾਰੀ ਵੇਖਣੀ ਵੀਡੀਓ ਸਕਿੱਪ ਨਹੀਂ ਕਰਨੀ ਅਤੇ ਸਬਸਕ੍ਰਾਈਬ ਲਾਜ਼ਮੀ ਕਰਨਾ ਵੀਡੀਓ ਨੂੰ ਅਤੇ ਫਿਲਹਾਲ ਜਨਾਬ ਭਰ ਲਈਏ ਪਾਣੀ ਮੋਟਰ ਸੈੱਟ ਹੋ ਗਈ ਹੈ ਮੋਟਰ ਜਿਹਨ ਚੱਲੀ ਹੈ ਫੁੱਲ ਲੈਣ ਜੀ ਪਾਣੀ ਕੱਢ ਰਹੀ ਜਿਵੇਂ ਸਵਾਬ ਦਾ ਕੰਮ ਹੈ ਅਤੇ ਮੋਟਰ ਆਈ ਖਰਾਬ ਇਹ ਆਈ ਖਚਕੀ ਇਹਨ ਥੋੜ੍ਹਾ ਜਿਹਾ ਨਾ ਫੇਫੜਿਆਂ ਦਾ ਮਸਲਾ ਬਣਿਆ ਹੀ ਸਹੀ ਰਿਹਾ ਨਾ ਦਬ ਦਬ ਕੇ ਪਾਣੀ ਨਾ ਹੀ ਕੱਢਦੀ ਪਈ ਅਤੇ ਹੁਣ ਪੂਰੇ ਮਾਹੌਲ ਵਿੱਚ ਹੁਣ ਪਰਲੀ ਮੋਟਰ ਨੇ ਵੀ ਰੌਣਕ ਬਣਾ ਛੜੀ ਸੰਗ ਹੋ ਗਿਆ ਨਾ ਲਓ ਜੀ ਪਾਣੀ ਸਾਡਾ ਗਿਆ ਫ੍ਰੀ ਇਹਨੇ ਰੱਖ ਕੇ ਅੰਦਰ ਫਿਰ ਜ਼ਰਾ ਜਾਣਾ ਬੈਂਕ ਤੋਂ ਮੈਂ ਨਾ ਤੁਹਾਨੂੰ ਵਿਖਾਉਣਾ ਮੇਰੇ ਨਾਲ ਸਵੇਰੇ ਇੱਕ ਸਟੰਟ ਹੋਇਆ ਵਹਿੰਦੇ ਹੋ ਪੇ ਇਹ ਹੁਣ ਇੱਥੋਂ ਇੰਝ ਹੀ ਪਿਆ ਲੱਗਦਾ ਜਿਵੇਂ ਨਾ ਕੁਪਰਿੰਦਾ ਬੈਠਿਆ ਕਬੂਤਰ ਵਗੈਰਾ ਮੈਂ ਜਨਾਬ ਸਵੇਰੇ ਆਇਆ ਅਤੇ ਮੈਂ ਨਾ ਓ ਟੀ ਐੱਸ ਦੀ ਨਾ ਬਾਰੀ ਖੋਲ੍ਹ ਲਈ ਪਹਿਲੇ ਨਾ ਇਹਦੀਆਂ ਚੀਕਾਂ ਸੁਣ ਲਓ ਇਹ ਵਿੱਚ ਆਪਣਾ ਹੁਣ ਕੋਈ ਮੰਤਰ ਪੜ ਰਹੀ ਜੇ ਮੈਂ ਖੋਲ੍ਹ ਲਈ ਬਾਰੀ ਅਤੇ ਮੈਨੂੰ ਨਾ ਉਹ ਹਲਿਆ ਛਾਪਰ ਵਹਿੰਦੇ ਹੋ ਮਤਲਬ ਮੈਨੂੰ ਇਹ ਲੱਗਿਆ ਵਾ ਇੱਥੇ ਜਨਾਬ ਕੀ ਉਹਨਾਂ ਦੇ ਨੇ ਕੁਪਰਿੰਦਾ ਬੈਠਿਆ ਅਤੇ ਐਪ ਬਾਰੀ 'ਚ ਫਸ ਗਏ ਆ ਉਹ ਮੈਂ ਬੜਾ ਪਰੇਸ਼ਾਨ ਹਾਂ ਮੈਂ ਇੱਧੋਂ ਉੱਧੋਂ ਵੇਖਿਆ ਅਤੇ ਉਹ ਇੰਝ ਹੀ ਲੱਗੇ ਹੋਏ ਫਸੇ ਆ ਉਹ ਥੋੜ੍ਹੀ ਦੇਰ ਬਾਅਦ ਵੇਖਿਆ ਜਨਾਬ ਜੀ ਛਾਪਰ ਮੈਂ ਜੀ ਚੜਿਆ ਚਸ ਕਰਾਈ ਆ ਕਿ ਅੱਜ ਫਿਰ ਸਵੇਰੇ ਸਵੇਰੇ ਹੀ ਮੈਂ ਜਨਾਬ ਹੁਣ ਇੱਕ ਵਲੌਗ ਐਡਿਟ ਕਰ ਲਵਾਂ ਫਿਰ ਉਹ ਅਪਲੋਡ ਵੀ ਕਰਨਾ ਅਤੇ ਜਿਹੜਾ ਤੁਸੀਂ ਬਗੈਰ ਮੈਨੂੰ ਪਤਾ ਸਬਸਕ੍ਰਾਈਬ ਕੀਤੇ ਆ ਹਾਂ ਟੁਰ ਜਾਣਾ ਠੀਕ ਹੈ ਪਰ ਮੈਂ ਜਿਹੜਾ ਨਾ ਉਹ ਇੱਕ ਵਾਰੀ ਐਡਿਟ ਕਰ ਲਾਂ ਅਤੇ ਫਿਰ ਜਨਾਬ ਚੱਲਦੇ ਹਾਂ ਬਾਜ਼ਾਰ ਵੱਲ ਜਿਹੜੇ ਦੋ ਤਿੰਨ ਕੰਮ ਨੇ ਆਪਣੇ ਉਹ ਮੁਕਾਉਂਦੇ ਹਾਂ ਹੁਣ ਕੱਢੀਏ ਜੀ ਆਪਣੀ ਲੰਬਰਗਿਨੀ ਇਹਨ ਮਾਰੀਏ ਸਲਫ ਅਤੇ ਇਹਨ ਸਟਾਰਟ ਕਰੀਏ ਜਨਾਬ ਕੋਈ ਸਮਝ ਨਹੀਂ ਆ ਰਹੀ ਕਿ ਅਗਲੇ ਦਿਹਾੜੇ ਟਿਊਬ ਪਵਾਈਏ ਫਿਰ ਵਾਹ ਘੱਟ ਕਰ ਗਈ ਮਸਾਂ ਅਗਲੀ ਗੱਲ ਬਰਦਾਸ਼ਤ ਕੀਤੀ ਹੈ ਜੋੜ ਤੋਂ ਲੀਕ ਹੋਣੇ ਵਾਲੀ ਇਹ ਜਨਾਬ ਫਿਰ ਵਾਹ ਘੱਟ ਕਰ ਗਈ ਬਹਰਲ ਵਾਹ ਬਰਾ ਰਹੇ ਹੁਣ ਵੇਖਦੇ ਹੁਣ ਕੀ ਹੈ ਕੁਛ ਰਿਸਪਾਂਸ ਦਿੰਦੀ ਹੈ ਜਨਾਬ ਜੀ ਮੌਸਮ ਤਾਂ ਕਾਫੀ ਅੱਛਾ ਹੈ ਧੁੱਪ ਨਿਕਲੀ ਹੈ ਲੇਕਿਨ ਠੰਡ ਜਿਹੜੀ ਹੈ ਨਾ ਉਸ ਵੇ ਆਪਣਾ ਕੰਮ ਚੁੱਕੇ ਆ ਫੋਨ ਜਨਾਬ ਅਸੀਂ ਆ ਗਏ ਏ ਟੀ ਐੱਮ ਮਸ਼ੀਨ ਤੇ ਇਹ ਦੇਖੋ ਮੰਗੀ ਹੈ ਪੈਸੇ ਸਾਨੂੰ ਇੰਗਲਿਸ਼ ਮਾੜੀ ਚੰਗੀ ਆਉਂਦੀ ਗਿਣਨ ਤਾਂ ਲੱਗ ਪਈ ਆ ਨੋਟ ਵੇਖੋ ਪਾਟੇ ਆ ਨਾ ਵਿੱਚ ਨੋਟ ਦੇ ਛੜੇ ਪਹਿਲੇ ਵੇ ਕਾਰਡ ਦੇ ਦਾ ਪਾਟੇ ਨੋਟ ਨਾ ਦੇਈ ਪੈਸੇ ਆ ਗਏ ਸੂਟ ਦਿੱਤੇ ਹਨ ਸਿਲਾਈ ਵਾਸਤੇ ਜਨਾਬ ਸੂਟ ਫਿਰ ਲਾਲ ਨਹੀਂ ਸਿਲਾਈ ਹੋਏ ਕਿਉਂਕਿ ਦੁਕਾਨਾਂ ਬੰਦ ਹਨ ਦੋ ਦਿਨ ਹੜਤਾਲ ਸੀ ਇਸ ਵਾਸਤੇ ਹੁਣ ਦੋ ਦਿਨ ਬਾਅਦ ਲੱਭਣ ਦੇ ਸੂਟ ਉਸਤਾਦ ਇੱਕ ਦਹੀਂ ਬੱਲੇ ਲਾ ਜੀ ਦਹੀਂ ਬੱਲੇ ਲਾ ਕੇ ਸਾਡੇ ਸਾਹਮਣੇ ਵੀ ਆਈ ਪੀ ਹੋ ਕੇ ਜੀ ਸਾਡੇ ਆ ਗਏ ਦਹੀਂ ਬੱਲੇ ਖਾਂਦੇ ਹਾਂ ਫਿਰ ਲਾਲ ਦੱਸਣਾ ਚਾਹੁੰਦੇ ਹਾਂ ਅਗਲੀਆਂ ਗੱਲਾਂ ਬਾਅਦ 'ਚ ਸ਼ਾਮ ਹੋ ਗਈ ਹੈ ਅਤੇ ਸਾਰੇ ਆਪਣੇ ਘਰੋਂ ਘਰੀ ਅਤੇ ਪਰਿੰਦੇ ਵੀ ਅਤੇ ਟਾਨ ਹੋ ਗਈਆਂ ਨੇ ਅਤੇ ਉਹ ਜਨਾਬ ਜੀ ਚਾਂਦ ਅੰਕਲ ਵੀ ਚਮਕ ਰਹੇ ਤਾਰਾਂ ਦੇ ਬਿਲਕੁਲ ਪਿੱਛੇ ਸਲਾਮ ਅਲੈਕਮ ਮੋਹਤਰਮ ਉਹ ਨੇ ਭਾਈ ਹੈ ਜੀ ਮੈਨੂੰ ਲੱਗਦਾ ਤੁਹਾਡਾ ਨਹੀਂ ਦਿਲ ਸਾਡਾ ਵਲੌਗ ਬਣੇ ਹੈ ਭਾਈ ਫੋਟੋ ਜੀ ਮੈਨੂੰ ਲੱਭਾ ਲਿਆ ਤਾ ਫਿਲਹਾਲ ਤੁਸੀਂ ਚੌਂਕ ਪਏ ਸੀ ਐੱਲ ਸੀ ਡੀ ਚੈੱਕ ਕਰੋ ਜਿਹੜੀ ਲੱਗੀ ਹੈ ਤੁਹਾਡੇ ਜ਼ੂਮ ਹੋ ਜਾਏ ਹਾਂ ਉਸਤਾਦ ਜੀ ਮੈਂ ਇੱਕ ਪਿਆ ਸੋਚਦੇ ਵਾ ਐੱਲ ਸੀ ਡੀ ਉੱਤੇ ਜੇ ਇੱਥੇ ਡਰਾਮੇ ਲਾ ਦੇਣ ਚੌਂਕ ਵਿੱਚ ਆਹ ਹਾਂ ਹਾਂ ਕਿਆ ਚਸ ਆ ਜਾਣੇ ਨਜ਼ਾਰੇ ਹੈਂ ਜੀ ਆਹ ਜੇ ਉੱਤੇ ਲਾਏ ਨਾ ਬਜਦੇ ਫਿਰਦੇ ਜੀ ਅੱਜ ਆਉਂਦੀ ਹੈ ਮੈਂ ਆਪਣੀ ਫੇਵਰੇਟ ਖੀਰ ਇੱਥੇ ਬਾਜ਼ਾਰ ਵਿੱਚ ਜਨਾਬ ਇੱਕ ਸ਼ਾਪ ਉੱਥੋਂ ਛੋਟੇ ਹੁੰਦੇ ਆ ਮੈਂ ਖਾਂਦਾ ਹੁੰਦਾ ਸੀ ਉਹਦੇ ਤਾਂ 70 ਰੁਪਏ ਦੀ ਸੀ ਪਲੇਟ ਅਤੇ 80 ਰੁਪਏ ਦੀ ਡਿਸਪੋਜ਼ੇਬਲ ਆਉਂਦੀ ਸੀ ਅਤੇ ਹੁਣ ਜਨਾਬ ਹੈ ਡਿਸਪੋਜ਼ੇਬਲ ਮੈਨੂੰ ਮਿਲ ਗਈ 130 ਰੁਪਏ ਦੀ ਲੇਕਿਨ ਇਹਨਾਂ ਦੀ ਆਉਂਦੀ ਬੜੇ ਮਜ਼ੇ ਦੀ ਹੈ ਅਤੇ ਇਹ ਇੱਕ ਵਾਰੀ ਨਾ ਮੈਂ ਓਪਨ ਕਰ ਲਵਾਂ ਇਹ ਜਨਾਬ ਲੱਗ ਤਾਂ ਬੜੀ ਮਜ਼ੇ ਦੀ ਰਹੀ ਹੈ ਫਿਲਹਾਲ ਅਤੇ ਬਾਕੀ ਟੇਸਟ ਕਰਕੇ ਵੇਖਦੇ ਹਾਂ ਅਕੇਲੇ ਵੀ ਉਹ ਹੀ ਟੇਸਟ ਹੈ ਕਿ ਨਹੀਂ ਤਕਰੀਬਨ ਮੈਂ ਜਨ ਖਾਂਦਾ ਸੀ ਮੈਂ ਉਦਣ ਸੀ 6ਵੀਂ 7ਵੀਂ ਵਿੱਚ
बाकी ऑन टेस्ट करके वेखने जनाब। हले भी सेम वही टेस्ट है जड़ा तो कुछ साल पहले होंदा सी टेस्ट, सिर्फ रेट का फर्क होया, बाकी चीज़ हो ये टेस्ट हो ये बिल्कुल बड़ी मज़े की होंगी इन्हें खीर फ्रैश होंगी। लिहाजा हूँ मैं खा लवा तो हन मैं बाद च मिलाना। अज जनाब मैं सर्दियों का पहला गिफ्ट लभ गया, मेरे दोस्त स्पैशल आंदा है तो तुम मैं चैक कराना की है। चकवाल तो आया गिफ्ट, अगवा आप एक बार गैस करो हिसाब लाओ। भाई ये चकवाल तो भाई ने जड़े पलवान इन्हों की रेवड़ी उन्हें पता नहीं आ पैन दिता कि कोई ना ज्यादा रेवड़ी तो इन्हों आ गई मेरे को। हूँ मैं टेपा शेपा एक बार पट ला निकी जी अनबॉक्सिंग मार ला तो फिर मैं तुम जो विचले नज़ारे विखाना। पाकिस्तानियों का पता जो ओपनर होंगे ना कुछ चीज़ खोलने वाला वो सारे ना ज़्यादा चाबी यूज होंगी है, असं भी जो चाबी नाले देपा खोलने जनाब ओपन हो गई तो आह नज़ारे कि किसी खानी हो फिर भी मैं दस दिया मैं एक रेवड़ी लैके पहुँच जाता मसला नहीं है। यकीन करो झसा आ गई नज़ारे आ गए। फिर नाल हो थोड़ी जी मूंगफली या ज़्यादातर बंदे मूंगफली दियाँ ने मूंगफली या मूंगफली हो तो बंदा ये जड़ा ना खावे नाल हो चिल्ली तो नाल जनाब जी रेवड़ियाँ आन तो मैं झस आ जाती है। बल जी पलवान और पता नहीं कोई चंगा काम किया जी रेवड़ियाँ बनाने वाले जड़े नहीं कारीगरी ये जैस कर गया जी बलवाना।